ਕੰਮ ਚਾਹੀਦਾ ਸਰ, ਗੱਲਾਂ ਨਹੀਂ ਚਾਹੀਦੀਆਂ। ਹਾਂ ਨਹੀਂ ਤਾਂ ਦੱਸੋ, ਮੈਂ ਬਦਲ ਕੇ ਹੋਰ ਬੰਦੇ ਲਿਆਵਾਂ ਇੱਥੇ। ਇੱਦਾਂ ਇੱਦਾਂ ਨਹੀਂ ਸਰ ਕੰਮ ਚੱਲਦਾ, ਸਾਰੀ ਮੰਡੀ ਦੀ ਕੋਈ ਡੰਡ ਲਾ ਤੇ ਜਾਂ ਕੰਪਲੀਟ ਸਾਡੀ ਕੰਮ ਪੂਰਾ ਕੰਪਲੀਟ ਹੋਣਾ ਚਾਹੀਦਾ। ਕਿੰਨੀ ਕਿੰਨੀ ਜਗ੍ਹਾ ਜੀ ਜਿੱਥੇ ਆਪਾਂ ਖੜੇ ਆ, ਬੜੇ ਪੈਸੇ ਲਾਏ ਤੇ 10 ਕਰੋੜ ਰੁਪਇਆ ਲਾ ਕੇ, ਅਜਨਾਲੇ ਦੀ ਮੰਡੀ, ਦਾਣਾ ਮੰਡੀ ਸਾਰੀ, ਇਹ ਸਬਜ਼ੀ ਮੰਡੀ ਆ। ਇਹ ਐਕਚੁਅਲੀ ਮੀਂਹ ਵਾਲੇ ਦਿਨ ਮੈਨੂੰ ਵੀਡੀਓ ਕੁਛ ਆੜਤੀਆਂ ਨੇ ਭੇਜੀ ਸੀਗੀ, ਤੇ ਮੈਂ ਜਦੋਂ ਦਾ ਇਲੈਕਸ਼ਨ ਸੀਗਾ ਮੈਂ ਕਿਹਾ ਕੋਈ ਨੀ ਮੈਂ ਜਿੱਦਣ ਆਇਆ ਮੈਂ ਇੱਥੇ ਆਊਂਗਾ, ਤੇ ਵੇਖਣ ਆਇਆ ਸੀਗਾ ਕਿ ਇਹਦੀ ਪ੍ਰੋਬਲਮ ਕੀ ਆਈ, ਪਾਣੀ ਕਿਉਂ ਖਲੋ ਗਿਆ, ਆਪਾਂ ਇੰਨਾ ਮਤਲਬ ਜਿਹੜਾ ਪੈਸਾ ਲਾਇਆ ਇਹਨੂੰ ਉਹਨੂੰ ਮਤਲਬ ਜਿਹੜਾ ਠੀਕ ਕਰਦੇ ਹਾਂ। ਔਰ ਅਫਸਰਾਂ ਨੂੰ ਕਿਹਾ ਕਿ 30 ਅਗਸਤ ਤੱਕ ਇਹਦਾ ਸਾਰਾ ਮੰਡੀ ਦਾ ਕੰਮ ਜਿਹੜਾ ਉਹ ਕੰਪਲੀਟ ਹੋਣਾ ਚਾਹੀਦਾ। A1 ਮੰਡੀ ਜਿਹੜੀ ਹੋਊਗੀ ਇਹ ਵਧੀਆ ਸਾਫ਼ ਸੁਥਰੀ ਸੁੰਦਰ, ਕਿਉਂਕਿ ਸਾਡੀਆਂ ਸਬਜ਼ੀਆਂ ਜਾਂਦੀਆਂ ਘਰਾਂ ਨੂੰ ਸਭ ਕੁਝ ਜਾਂਦਾ, ਗੰਦਗੀ ਜਿਹੜੀ ਆ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਸੀਵਰੇਜ ਜਿਹੜਾ ਮੰਡੀ ਦਾ ਉਹ A1 ਪਾਇਆ ਆਪਾਂ, 9 ਕਰੋੜ ਤੋਂ ਉੱਪਰ ਪੈਸੇ ਲੱਗੇ, ਤੇ ਜੇ ਅੱਜ ਵੀ ਇਹ ਪ੍ਰੋਬਲਮ ਹੋਏ ਤਾਂ ਫਿਰ ਤਾਂ ਬੜੀ ਮਾੜੀ ਗੱਲ। ਸੋ ਮੈਂ ਦੇਖਣ ਆਇਆ ਸੀ, ਕਿਉਂਕਿ ਮੈਨੂੰ ਜਦੋਂ ਕੋਈ ਬੰਦਾ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕਰਦਾ ਮੇਰੇ ਮਹਿਕਮੇ ਦੀ ਕੋਈ ਵੀ, ਮੈਂ ਉਸੇ ਦੇ ਆਪ ਜਾਂਦਾ ਮੌਕਿਆਂ 'ਤੇ ਵੇਖਣ ਵੀ ਇਹ ਕਿਉਂ ਪ੍ਰੋਬਲਮ ਹੈ। ਤੋ ਇਹ ਮੈਨੂੰ ਸੋਸ਼ਲ ਮੀਡੀਆ 'ਤੇ ਆਇਆ ਸਾਰਾ, ਮੈਂ ਸੋਸ਼ਲ ਮੀਡੀਆ 'ਤੇ ਜਿਹੜੀ ਕੰਪਲੇਂਟ ਆਉਂਦੀ ਉਹਨੂੰ ਮੈਂ ਉਸੇ ਲਈ ਦੇਖਦਾ ਵੀ ਇਹ ਕੀ ਗੱਲ ਹੋਈ। ਸੋ ਪਿਛਲੇ ਦਿਨ ਮੀਂਹ ਪਿਆ ਸੀਗਾ ਅਤੇ ਅੱਜ ਮੈਂ ਉਹ ਦੇਖ ਰਿਹਾ ਸੀ, ਮੇਰੇ ਅਧਿਕਾਰੀਆਂ ਨੂੰ ਕਿਹਾ ਵੀ ਉਹਨੂੰ ਠੀਕ ਕਰਕੇ ਦਿਓ, ਸਾਡੀ ਡਿਊਟੀ ਹੈ ਸਰ। ਅਸੀਂ ਸਭ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ, ਅਧਿਕਾਰੀ ਵੀ ਸਾਡੇ ਮਾਨਯੋਗ ਅਧਿਕਾਰੀ ਐਕਸੀਐਨ ਸਾਹਿਬ, ਸੈਕਟਰੀ ਸਾਹਿਬ, SDO ਸਾਹਿਬ, ਸਾਰੇ ਸਾਡੇ ਅਸੀਂ ਸਾਰੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਹੈ। ਸਾਡੀ ਡਿਊਟੀ ਬਣਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਦਿੱਤਾ ਜਾਵੇ, ਉਹਨਾਂ ਦੀਆਂ ਸਮੱਸਿਆਵਾਂ ਜਿਹੜੀਆਂ ਦੂਰ ਕੀਤੀਆਂ ਜਾਣ। ਸੋ ਇਹਨਾਂ ਨੂੰ ਕਿਹਾ ਕਿ 30 ਅਗਸਤ ਤੱਕ ਮੰਡੀ ਨੂੰ A1 ਕਰਕੇ ਦਿਓ ਭਾਵੇਂ ਜੋ ਮਰਜ਼ੀ, ਕਿਉਂਕਿ ਪੈਸੇ ਆਏ, ਹਰ ਚੀਜ਼ ਹੋਈ ਹੈ, ਟੈਂਡਰ ਹੋਇਆ। ਠੀਕ ਹੈ, ਬਰਸਾਤ ਦਾ ਮੌਸਮ ਹੈ ਥੋੜ੍ਹਾ ਕਿ, ਲਾਸਟ ਹਫ਼ਤੇ ਜਿੱਥੇ ਪਾਵਾਂਗੇ ਲੁੱਕ ਪਾਵਾਂਗੇ ਆਪਾਂ, ਪਰ ਇਹ ਆ ਕਿ ਪਹਿਲਾਂ ਹੋਣਾ ਚਾਹੀਦਾ, ਥੋੜ੍ਹਾ ਲੇਟ ਹੋ ਗਿਆ ਕਿਉਂਕਿ ਸੀਵਰੇਜ ਦਾ ਕੰਮ ਚੱਲਦਾ, ਉਹਦੇ ਕਰਕੇ ਲੇਟ ਹੋਇਆ। ਸੋ ਅਧਿਕਾਰੀਆਂ ਨੂੰ ਕਿਹਾ ਮੈਂ ਤਾਂ ਹੀ ਆਇਆ ਕਿ ਭਾਈ ਇਹਨੂੰ ਕੰਪਲੀਟ ਕਰਕੇ ਦਿਓ।